चुल्हे जलाने नाल एकदम रेगुलेटर को अग चली गई है। मैं सुती भी सी कोठे ते इकोदम नीचे साढ़े शोर आया, मैं क्या पता नहीं की होया। फिर जो आप नीचे आई हाँ, नीचे ना अग लगी पी, तो वो करके फिर मेरी दराणी भी अंदर सी, छोटा बेटा भी उन्होंने, मेरे सासू माँ भी अंदर सी, फिर वह बाहर नहीं आ पाए। फिर ये करके क्योंकि सिलेंडर भी कार पिया से, तो वो करके फिर अंदर रह गए ने। उन्होंने बहुत नुकसान होया, साढ़ा घर सारा बुरा हाल हो गया, तो साढ़े सारे गली गुआंढ ने सारे ने अग बुझाई है। ਸਾਡੇ ਇੱਕ ਮੇਰੀ ਇੱਕ ਦਰਾਣੀ ਦਾ ਬੇਟਾ ਹੈ, ਉਹਨੂੰ ਲੱਗੀ ਹੈ ਸੱਟ, ਅਤੇ ਮੇਰੀ ਉਹਦੀ ਹੈਗੀ ਹੈ ਛੋਟੇ ਬੇਟੇ ਦੀ 7 ਸਾਲ ਦੀ, ਦਰਾਣੀ ਮੇਰੀ 25 ਸਾਲ ਦੀ ਹੈ। ਸਾਡੇ ਮੰਮੀ ਨੇ 60 ਸਾਲ ਦੀ ਉਮਰ ਹੈ, ਉਹਨਾਂ ਨੂੰ ਉਹ ਸਾਹ ਦੇ ਨੇ, ਉਹਨਾਂ ਨੂੰ ਹਾਰਟ ਦੀ ਦਿੱਕਤ। ਹਾਂਜੀ ਹਾਂਜੀ, ਉਹਨਾਂ ਦਾ ਹਫ਼ਤਾ ਪਹਿਲਾਂ ਅਜੇ ਓਪਰੇਸ਼ਨ ਹੋਇਆ ਸੀ ਉਹਨਾਂ ਦਾ ਪਿੱਤੇ ਦਾ। ਹਾਂਜੀ 3 ਮੈਂਬਰਾਂ ਦਾ ਠੀਕ ਠਾਕ ਨੇ? ਹਾਂਜੀ ਠੀਕ ਨੇ, ਹਜੇ ਐਮਰਜੈਂਸੀ ਨੇ, ਵੈਸੇ ਛੋਟੇ ਨੂੰ ਪਟਿਆਲੇ ਵੀ ਲੈ ਕੇ ਗਏ ਨੇ ਉਹਨੂੰ, ਛੋਟਾ ਹੈ ਉਹ ਸਾਡਾ। ਸਾਡੇ ਮੇਰੇ ਦਿਓਰ ਨੂੰ ਥੋੜੀਆਂ ਮੋਟੀਆਂ ਸੱਟਾਂ ਲੱਗੀਆਂ ਨੇ, ਉਹ ਵਿਚਾਰਾ ਤੁਰ ਫਿਰ ਨਹੀਂ ਸਕਦਾ। ਬੱਚੇ ਕਿੰਨੇ ਕਹਿ ਰਹੇ ਹੋ? ਇੱਕੋ ਹੀ ਬੇਟਾ ਉਹਨਾਂ ਦਾ, ਦਰਾਣੀ ਦਾ ਬੇਟਾ ਇੱਕੋ ਹੀ। ਹਾਂ ਹਾਂ ਹਾਂ, ਸਵੇਰੇ ਰੋਜ਼ ਬ੍ਰੈਡ ਬਣਾਉਂਦਾ ਜੀ, ਉਹ ਮੈਂ ਆਪਣੇ ਚੁੱਲ੍ਹੇ ਨੂੰ ਉੱਚ ਜਲਾਇਆ, ਚੁੱਲ੍ਹੇ ਜਲਾਉਣ ਨਾਲ ਇੱਕਦਮ ਉਹ ਰੈਗੂਲੇਟਰ ਕੋਲ ਅੱਗ ਚਲੀ ਗਈ ਹੈ। ਕੋਸ਼ਿਸ਼ ਕੀਤੀ, ਉਹ ਰੈਗੂਲੇਟਰ ਪਿੰਗਲ ਗਿਆ, ਪਿੰਗਲ ਕਰਕੇ ਉਹ ਨਾਲ ਹੀ ਚਿੰਬੜ ਗਿਆ, ਉਹ ਖੋਲਿਆ ਨਹੀਂ ਗਿਆ। 3 ਮੇਰੇ ਬੱਚੇ ਸੀ ਮੇਰੇ ਘਰ ਦੇ, ਮੇਰੀ ਨੂੰਹ ਛੋਟੀ ਅਤੇ ਮੇਰਾ ਪੋਤਾ, ਉਹ ਵਿਖਲਾਂਗ ਹੈ ਵਿਚਾਰਾ। ਕਿੰਨੇ ਬੱਚੇ ਦੇ ਘਰ ਦੇ ਵਿੱਚ ਜਿਨ੍ਹਾਂ ਨੂੰ ਅੱਗ ਨੇ ਕੋਈ ਨੁਕਸਾਨ ਤਾਂ ਨਹੀਂ? 3 ਮੇਰੀ ਘਰ ਵਾਲੀ ਜੀ, 60 ਸਾਲ ਉਮਰ, ਮੇਰੀ ਨੂੰਹ ਹੈ ਜੀ 25 ਸਾਲ ਦੀ, ਉਹਦੇ ਝੁਲਸ ਗਈ ਹੈ, ਮੇਰਾ ਮੁੰਡੇ ਦੇ ਹੱਥ ਝੁਲਸ ਗਏ, ਮੇਰੇ ਪੋਤਾ ਦਾ ਆਕਸੀਜਨ ਘੱਟ ਗਈ ਉਹਦੇ ਨਾਲ ਅੱਗ ਨਾਲ, ਉਹਦੇ ਨਾਲ ਪਟਿਆਲੇ ਲੈ ਕੇ ਗਏ ਜੀ। ਠੀਕ ਨੇ? ਹਾਂ ਠੀਕ ਹੈ ਜੀ। ਕਿੰਨੇ ਕੁ ਵਜੇ ਸਵੇਰੇ ਦੀ ਗੱਲ ਹੈ ਜੀ? 6 ਵਜੇ ਸਵੇਰੇ। ਗੱਡੀ ਗੁੱਡੀ ਪਹੁੰਚੀ? ਕੋਈ ਪ੍ਰਸ਼ਾਸਨ ਪਹੁੰਚਿਆ ਮੌਕੇ 'ਤੇ? ਆਏ ਸੀ ਜੀ, ਆਪਣਾ ਫਾਇਰ ਬ੍ਰਿਗੇਡ ਵਾਲੇ ਆਏ ਸੀ, ਉਦੋਂ ਅੱਗ 'ਤੇ ਕਾਬੂ ਪੈ ਗਿਆ ਸੀ, ਕੁਛ ਉਹਨਾਂ ਨੇ ਆ ਕੇ ਕੀਤਾ, ਫਾਇਰ ਬ੍ਰਿਗੇਡ ਵਾਲਿਆਂ ਨੇ, ਯਾਨੀ ਕੁਛ ਮੁਹੱਲੇ ਵਾਲਿਆਂ ਨੇ ਸਾਰਿਆਂ ਨੇ ਇਕੱਠਾ ਹੋ ਕੇ ਕੀਤਾ। ਏਸੀ ਫੁੱਕ ਗਿਆ ਜੀ, ਐਲਸੀਡੀਆਂ 2 ਫੁੱਕ ਗਈਆਂ, ਵਾਸ਼ਿੰਗ ਮਸ਼ੀਨ ਵਾਲੇ ਪਰਸੋਂ ਜਾਂਦੀ ਹੈ ਬਰਮੇ ਤੋਂ, ਉਹ ਫੁੱਕ ਗਈ। ਮੇਰਾ ਬੈੱਡ ਕੀ 30,000 ਰੁਪਈਆ ਮੇਰੀ ਜੇਬ ਸੀ, ਉਹ ਕੀ ਉਹ ਕੱਪੜੇ ਮੇਰਾ ਟੰਗੇ ਹੋਏ ਸੀ ਨਾਲ, ਉਹ ਫੁੱਕ ਗਿਆ ਜੀ, ਫੁੱਕ ਗਿਆ ਉਹ ਮੋਬਾਈਲ ਮੇਰਾ ਫੁੱਕ ਗਿਆ। ਹੁਣ ਆਏ ਵੀ ਪਿੱਛੇ ਉਹਨਾਂ ਨੂੰ ਥੱਲੇ ਸਾਰੀ ਅੱਗ ਲੱਗ ਗਈ, ਤਾਂ ਮੈਂ ਉਰੇ ਆਇਆ, ਉਰੇ ਸਾਰੇ ਬੁਝਾਰੇ ਦੀ ਮੁਹੱਲਿਆਂ ਨੇ ਸਾਰਿਆਂ ਨੇ ਸਪੋਰਟ ਕਰਿਆ ਜੀ, ਪਾਣੀ ਦੀਆਂ ਬਾਲਟੀਆਂ ਅਸੀਂ ਪਾਈਆਂ, ਫਾਇਰ ਬ੍ਰਿਗੇਡ ਵਾਲੇ ਬੁਲਾਏ, ਤਾਂ ਮਸਾਂ ਅੱਗ 'ਤੇ ਕੰਟਰੋਲ ਪਾਇਆ ਜੀ, ਅੰਦਰੋਂ ਸਾਰਿਆਂ ਨੂੰ ਘਰ ਦੇ ਪਰਿਵਾਰਾਂ ਨੂੰ ਕੱਢਿਆ ਜੀ, ਹਸਪਤਾਲ ਦਾਖਲ ਕਰਾਇਆ ਜੀ, ਬਹੁਤ ਮੁਸ਼ਕਿਲਾਂ ਬਣੀ। ਹਾਲਤ ਤਾਂ ਮੇਰੀ ਮਾਂ ਤਾਂ ਜੀ ਖਾਸੀ ਸੱਟਾਂ ਲੱਗੀਆਂ, ਉਹਦੀ ਅੱਗ ਲੱਗ ਗਈ, ਮੱਥੇ 'ਤੇ ਅੱਗ ਲੱਗੀ ਹੋਈ ਹੈ, ਬਾਕੀ ਜਿਹੜਾ ਛੋਟਾ ਮੇਰਾ ਭਤੀਜਾ ਜੀ ਉਹ ਪਟਿਆਲੇ ਰੈਫਰ ਕਰਤਾ ਜੀ ਇਹਨਾਂ ਨੇ, ਵੈਸੇ ਹੁਣ ਠੀਕ ਹੈ ਜੀ, ਉਹਨਾਂ ਨੇ ਕਿਹਾ ਜੀ ਲੈ ਜਾਓ ਵੀ ਠੀਕ ਹੈ ਜੀ ਹੁਣ ਤਾਂ। ਹਾਂਜੀ, ਨੁਕਸਾਨ ਤਾਂ ਜੀ ਜਮਾਂ ਹੀ ਮਿੱਟੀ ਹੋ ਗਈ, ਕੰਧਾਂ ਦੀਆਂ ਟਾਈਲਾਂ ਤੱਕ ਟੁੱਟ ਗਈਆਂ। ਬੱਚਾ ਜੀ, ਇੱਕ ਮੇਰੀ ਭਰਜਾਈ ਹੈ ਜੀ। ਹਾਂਜੀ, 3 ਜਣੇ ਨੇ, ਹਾਂ ਇੱਕ ਬੱਚਾ ਜੀ, 2 ਲੇਡੀਜ਼ ਨੇ, ਵੈਸੇ ਸਾਰੇ ਠੀਕ ਨੇ ਜੀ, ਉਹ ਮਗਰ ਸਾਡੇ ਘਰ 'ਚ ਨੁਕਸਾਨ ਬਹੁਤ ਹੋ ਗਿਆ ਜੀ, ਜਮਾਂ ਹੀ ਖਤਮ ਕਰ। ਮੈਂ ਜੀ ਚਾਹ ਦਾ ਕੰਮ ਕਰਦਾ ਜੀ, ਗਰੀਬ ਬੰਦਾ, ਜੇ ਕੋਈ ਉਹਨਾਂ ਵੱਲੋਂ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਵੀ ਹੈਲਪ ਹੁੰਦੀ ਹੈ ਤਾਂ ਜੀ ਹੱਥ ਜੋੜ ਕੇ ਬੇਨਤੀ ਹੈ ਜੀ। ਵਿੱਚ ਨਾ ਇੱਕ ਰੇਹੜੀ ਲਾਉਂਦੇ ਨੇ ਚਾਹ ਦੀ, ਇਹ ਅਤੇ ਉੱਥੇ ਬ੍ਰੈਡ ਵਗੈਰਾ ਤਿਆਰ ਕਰ ਰਹੇ ਸੀ, ਉਹ ਇੱਕੋ ਜਦੋਂ ਚਾਲੂ ਕੀਤਾ ਨਾਲ ਦੇ ਨਾਲ ਸਟੋਵ ਪਏ, ਜਿਹੜਾ ਗੈਸ ਸੀਗਾ ਉਹਨੂੰ ਅੱਗ ਲੱਗ ਗਈ ਇੱਕੋ ਲੱਗ। ਕੀ ਕੰਮ ਕੀ ਕਰਦੇ? ਚਾਹ ਦਾ ਕੰਮ ਕਰਦੇ ਨੇ, ਚਾਹ ਦੀ ਰੇਹੜੀ ਲਾਉਂਦੇ ਨੇ ਜੀ ਇਹ। ਕਿੰਨੇ ਮੈਂਬਰ? 9 ਮੈਂਬਰ ਕਰਦੇ ਜੀ। ਇਹ ਤਾਂ ਘਰ ਬਿਮਾਰ ਨੇ ਵੈਸੇ, ਮੰਗਤ ਰਾਮ ਜੀ ਇਹ ਜਾਂਦਾ ਨਹੀਂ ਕਿਤੇ, ਆਉਂਦੇ ਨਹੀਂ ਜੀ, 2 ਬੇਟੇ ਨੇ ਉਹ ਕੰਮ ਕਰਦੇ ਨੇ, ਅਤੇ ਚਾਹ ਦੀ ਰੇਹੜੀ ਹੈ ਜੀ ਬਸ। ਨਹੀਂ ਬਸ ਆਗੂ ਜੀ ਤਾਂ ਲੱਗੀ, ਬਹੁਤ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ, ਗਰੀਬ ਆਦਮੀ ਨੇ ਇਹ। ਪਰਿਵਾਰ ਦਾ ਕੋਈ ਪੋਤੇ ਛੋਟੇ ਨੇ, ਬਸ ਥੋੜੀ ਬਹੁਤ ਝੁਲਸ ਜੇ ਗਏ, ਉਹ ਠੀਕ ਨੇ ਜੀ, ਅੱਗੇ ਨੇ ਬੱਚੇ ਸਾਰੇ। ਕੋਈ ਗੱਲ ਨਹੀਂ।